ਗੋਜਰੇ ਤੋਂ ਚੰਗ ਰੋਡ ਦੇ ਉੱਤੇ ਤਕਰੀਬਨ 15 ਕਿਲੋਮੀਟਰ ਫਾਸਲੇ ਤੇ ਮੋਟਰਵੇ ਐਮ 4 ਇੰਟਰਚੇਂਜ ਦੇ ਨਾਲ ਅੱਡਾ ਬੂਬਕ ਚੌਕ ਆਂਦਾ ਹੈ ਅੱਜ ਤੁਹਾਨੂੰ ਅੱਡਾ ਬੂਬਕ ਚੌਕ ਦੇ ਨਾਲ ਲੱਗਦੇ ਪਿੰਡ ਚੱਕ ਨੰਬਰ 355 ਜੀੰਬੇ ਰੋਚਾਰਾਮ ਉੱਥੇ ਲੈ ਕੇ ਚੱਲੇ ਆ ਜਦੋਂ ਅੰਗਰੇਜ਼ ਸਰਕਾਰ ਦੀ ਵੱਲੋਂ 12 ਬਾਜ਼ ਕੀਤੀਆਂ ਗਈਆਂ ਇਹ ਚੱਕ ਉਦੋਂ ਦਾ ਆਬਾਦ ਹੈ ਰੋਚਾਰਾਮ ਦਾ ਪੁਰਾਣਾ ਨਾਂ ਅਬੈਟਸਨ ਪਰਸੀ ਜਿਹੜਾ ਕਿਸੇ ਅੰਗਰੇਜ਼ ਦੇ ਨਾਂ ਤੋਂ ਸੀ ਸੰਨ 47 ਤੋਂ ਪਹਿਲਾਂ ਇੱਥੇ ਲਹਿੰਦੇ ਵਾਲੀ ਸਾਈਡ ਤੇ ਸੱਜੇ ਪਾਸੇ 25 ਮਰਬੇ ਮੇਜਰ ਗੁਲਾਮ हुसैन ਸਰਦਾਰ ਬਹਾਦਰ ਉਹਨਾਂ ਦੇ ਸੀ ਜਿਹੜੇ ਮੁਸਲਮਾਨ ਸੀ ਤੇ ਖੱਬੇ ਪਾਸੇ 25 ਮਰਬੇ ਰੋਚਾ ਰਾਮ ਨਾਮੀ ਹਿੰਦੂ ਕੋਲ ਸੀ ਉਸ ਰੋਚਾ ਰਾਮ ਨਾਮੀ ਹਿੰਦੂ ਦਾ ਕਰਕੇ ਹੀ ਇਸ ਪਿੰਡ ਦਾ ਨਾਂ ਰੋਚਾ ਰਾਮ ਪੈ ਗਿਆ ਫਿਰ ਰੋਚਾ ਰਾਮ ਆਪਣੇ ਵਾਲਾ ਰਕਬਾ ਦੀਵਾਨ ਨਾਮੀ ਬੰਦੇ ਨੂੰ ਵੇਚ ਕੇ ਆਪ ਇੰਡੀਆ ਚਲਾ ਗਿਆ ਇਹ ਇਬੈਟਸਨਪੁਰ ਦੇ ਅੰਦਰ ਸਰਦਾਰ ਮੇਜਰ ਗੁਲਾਮ ਹੁਸੈਨ ਬਹਾਦਰ ਨੰਬਰਦਾਰ ਉਹਨਾਂ ਦੇ ਘਰ ਦੇ ਉੱਤੇ ਸਨ 1898 ਦੀ ਫੱਟੀ ਲੱਗੀ ਹੋਈ ਏ ਚੱਕ 355 ਜੀਂਬੇ ਰੋਚਾ ਰਾਮ ਇਸ ਪਿੰਡ ਦੇ ਗਵਾਂਡ ਦੇ ਵਿੱਚ ਚੱਕ 354 ਕਾਦਰਾਬਾਦ 356 ਖਾਲਸਾਬਾਦ ਤੇ ਚੱਕ 305 ਮਨਸੂਰ ਵਾਲੀ ਆਂਦਾ ਏ 355 ਜੀਂਬੇ ਰੋਚਾ ਰਾਮ ਦੇ ਵਿੱਚ ਗੁਜਰ ਅਰਾਈ ਸਿਆਲ ਜੱਟ ਤੇ ਰਾਜਪੂਤ ਇਸ ਤੋਂ ਇਲਾਵਾ ਖੋਖਰ ਬਰਾਦਰੀ ਤੇ ਗੈਰ ਕਸ਼ਤਕਾਰ ਵੀ ਕਾਫੀ ਤਦਾਦ ਚ ਬੈਠੇ ਹੋਏ ਨੇ ਇਸ ਪਿੰਡ ਦੇ ਵਿੱਚ ਚੜਦੇ ਪੰਜਾਬ ਦੇ ਜ਼ਿਲ੍ਹਾ ਲੁਧੇਣਾ ਦੇ ਗੁਜਰ ਜ਼ਿਲ੍ਹਾ ਜਲੰਧਰ ਹੁਸ਼ਿਆਰਪੁਰ ਤੇ ਫਿਰੋਜ਼ਪੁਰ ਦੀ ਜੱਟ ਬਰਾਦਰੀ ਜਲੰਧਰ ਦੀ ਅਰਾਈ ਬਰਾਦਰੀ ਆਂਡਲੂ ਹਲਵਾੜਾ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਦੇ ਰਾਜਪੂਤ ਇੱਥੇ ਬੈਠੀਆਂ ਬਰਾਦਰੀਆਂ ਵੱਖੋ-ਵੱਖ ਜ਼ਿਲ੍ਹਿਆਂ ਤੋਂ ਤੇ ਵੱਖੋ-ਵੱਖ ਪਿੰਡਾਂ ਤੋਂ ਇੱਥੇ ਆਗੇ ਬਾਤ ਹੋਈਆਂ ਨੇ ਜਿਵੇਂ ਕਿ ਮੈਂ ਪਹਿਲੇ ਦੱਸ ਚੁੱਕਿਆ ਕਿ ਬੂਬਾ ਕੱਡੇ ਤੋਂ ਪਿੰਡ ਦੀ ਖੱਬੀ ਸਾਈਡ ਜਿਹੜਾ ਰੋਚਾ ਰਾਮ ਖੱਤਰੀ ਦਾ ਰਕਬਾ ਸੀ ਆਪਾਂ ਉੱਥੇ ਫਿਰ ਰਹੇ ਆ 25 ਮਰਬੇ ਰੋਚਾ ਰਾਮ ਨਾਮੀ ਖੱਤਰੀ ਦੇ ਸੀ ਰੋਚਾ ਰਾਮ ਐਸ ਰਕਬੇ ਦਾ ਇਕੱਲਾ ਮਾਲਕ ਸੀ ਤੇ ਦੂਜੀ ਪੱਤੀ ਜਿਹੜੀ ਮੁਸਲਮਾਨਾਂ ਕੋ ਸੀ ਉਸ ਪੱਤੀ ਦੇ ਲੰਬੜਦਾਰ ਮੇਜਰ ਗੁਲਾਮ हुसैन ਸਰਦਾਰ ਬਹਾਦਰ ਸਾਹਿਬ ਸੀ ਹੁਣ ਆਪਾਂ ਉਸ ਪੱਤੀ 'ਚ ਐਂਟਰ ਹੋਣ ਲੱਗੇ ਆ ਇਹ ਬੂਬਾ ਕੱਡੇ ਵਾਲ ਦੀ ਆਈਏ ਇਸ ਪਿੰਡ ਦਾ ਸੱਜਾ ਪਾਸਾ ਬਣਦਾ ਏ 355 ਜੀੰਬੇ ਰੋਚਾ ਰਾਮ ਇਸ ਪਿੰਡ ਦਾ ਕੁੱਲ ਰਕਬਾ ਤਕਰੀਬਨ 50 ਮਰੱਬੇ ਹੈ ਇਸ ਪਿੰਡ ਦੇ ਵਿੱਚ ਦੋ ਸਰਕਾਰੀ ਸਕੂਲ ਤੇ ਪੰਜ ਮਸਜਿਦ ਨੇ ਇਸ ਤੋਂ ਇਲਾਵਾ ਪਿੰਡ ਦੇ ਚੜ੍ਹਦੇ ਪਾਸੇ ਇੱਕ ਬਾਬਾ ਮੁਸਾਫਰ ਉਹਨਾਂ ਦਾ ਦਰਬਾਰ ਵੀ ਹੈ ਜਿੱਥੇ ਸਾਲਾਨਾ ਮੇਲਾ ਲੱਗਦਾ ਹੈ ਇਸ ਪਿੰਡ ਦੀ ਇੱਕ ਅਜ਼ਾਫੀ ਆਬਾਦੀ ਵੀ ਹੈ ਜਿਹਨੂੰ ਸ਼ਹਾਣਾ ਬਸਤੀ ਆਖਿਆ ਜਾਂਦਾ ਹੈ 355 ਜੀੰਬੇ ਰੋਚਾ ਰਾਮ ਦੇ ਵਿੱਚ ਦੋ ਲੰਬੜਦਾਰੀਆਂ ਨੇ ਐਸਪਿੰਡ ਦੀ ਲੰਬੜਦਾਰੀ ਦਾ ਨਿਜ਼ਾਮ ਰਾਣਾ ਅਬਦੁਲ ਸਤਾਰ ਨੰਬਰਦਾਰ ਸਾਹਿਬ ਮੁਹੰਮਦ ਅਕਰਮ ਗੁੱਜਰ ਤੇ ਮੁਹੰਮਦ ਅਸलम ਗੁੱਜਰ ਨੰਬਰਦਾਰ ਸਾਹਿਬ ਸੰਭਾਲਦੇ ਨੇ 355 ਜੀਮਬੇ ਰੋਚਾ ਰਾਮ ਦੀਆਂ ਸਿਆਸੀ ਸਮਾਜੀ ਤੇ ਸਰਕਾਰੀ ਸ਼ਖਸੀਅਤ ਦੇ ਵਿੱਚ ਨਾਮ ਆਂਦਾ ਹੈ ਮੁਹੰਮਦ ਯੂਨਸ ਗੁੱਜਰ ਡੀਓ ਡਿਪਟੀ ਡਾਇਰੈਕਟਰ ਮੁਹੰਮਦ ਅਰਸ਼ਦ ਲਿਆਕਤ ਅਲੀ ਕਾਰੀ ਅਬਦੁਲਵਾਹਿਦ ਗੁੱਜਰ ਮਰਹੂਮ ਜਿਨ੍ਹਾਂ ਇਸ ਪਿੰਡ ਦੇ ਬਹੁਤ ਬੱਚਿਆਂ ਨੂੰ ਹਿਫਜ਼ ਕਰਾਇਆ ਪੀਰ ਅਬਦੁਸਮਦ ਸ਼ਾਹ ਸਾਹਿਬ صدیق ਗੱਜਾ ਮੈਂਬਰ ਮਾਰ ਯਕੂਬ ਗੱਜਾ ਡਾਕਟਰ ਰਾਣਾ ਸੈਦ ਮੀਆਂ ਕਮਰ ਐਡਵੋਕੇਟ ਹਾਜੀ ਨਜ਼ੀਰ ਗੁੱਜਰ ਚੇਅਰਮੈਨ ਇਸ ਪਿੰਡ ਦੇ ਲੰਬੜਦਾਰ ਅਸलम ਗੁੱਜਰ ਅਕਰਮ ਗੁੱਜਰ ਉਹਨਾਂ ਇਸ ਪਿੰਡ ਦੀ ਫਲਾ ਵਾਸਤੇ ਬੜਾ ਕੰਮ ਕੀਤਾ ਹਰ ਮਾੜੇ ਬੰਦੇ ਦਾ ਵੱਧ ਚੜ ਕੇ ਸਹਾਰਾ ਬਣਦੇ ਨੇ ਮਾਸਟਰ ਅਨਵਰ ਸਿਆਲ ਮਾਸਟਰ ਖਾਲਕ ਮਾਸਟਰ ਸੈਦ ਮਾਸਟਰ ਗੁਲਾਮਾਬਾਸ ਗੁੱਜਰ ਰਾਜਾ ਅਮਰ ਤੇ ਪੀਰ ਸਰਫਰਾਜ਼ ਸਾਹਿਬ ਐਸ ਪਿੰਡ ਦੀਆਂ ਮਸ਼ਹੂਰ ਸਿਆਸੀ ਸਮਾਜੀ ਤੇ ਸਰਕਾਰੀ ਸ਼ਖਸੀਅਤ ਨੇ ਜੇ ਖੇਡਾਂ ਦੀ ਗੱਲ ਕਰੀਏ ਤੇ ਕਬੱਡੀ ਵਿੱਚ ਜ਼ਮਾਨ ਮਾਨਾ ਜੱਟ ਰਾਣਾ ਅਲੀ ਤੇ ਸ਼ਾਨੀ ਸਿਆਲ ਇਨ੍ਹਾਂ ਪੂਰੇ ਪਾਕਿਸਤਾਨ 'ਚ ਆਪਣੇ ਪਿੰਡ ਦਾ ਨਾਂ ਚਮਕਾਇਆ ਹੈ ਫੁੱਟਬਾਲ ਦੀ ਗੱਲ ਕਰੀਏ ਜਵੇਦ ਕਰੈਸ਼ੀ ਮੁਹੰਮਦ ਹਨੀਫ ਗੁੱਜਰ ਤਾਲਵ ਹਸੈਨ ਵਾਲੀਬਾਲ ਚ ਸਦੀਕ ਤੇ ਸੈਦ احمد ਜੱਟ ਇਹ ਮਸ਼ਹੂਰ ਹੋਏ ਨੇ ਕ੍ਰਿਕਟ ਦੇ ਵਿੱਚ ਸੁਜਾਦ ਗੁੱਜਰ ਆਦਲ ਫੈਸਲ ਜੱਟ ਤੇ ਹਾਫਿਜ਼ ਨਵੀਦੁਲ ਹਸਨ ਮੈਂ ਥੈਂਕਸ ਕਰਦਾ ਭਾਈ ਖੁਰਮ ਗੁੱਜਰ ਦਾ ਹੁਣ ਆਪਾਂ ਉਹਨਾਂ ਦੇ ਡੇਰੇ ਤੇ ਚੱਲੇ ਆਂ ਅਸਲਾਮੁਅਲੈਕੁਮ ਜੀ 355 ਜੀਂਬੇ ਰੋਚਾ ਆਰਾਮ ਭਾਈ ਖੁਰਮ ਗੁੱਜਰ ਇਹਨਾਂ ਕੋਲ ਅਸੀਂ ਅੱਜ ਆਏ ਆਂ ਵੀਡੀਓ ਬਣਾਈ ਬੈਠ ਦੀ ਸਾਰੇ ਭਰਾ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਜਰੂਰ ਜਿਆਦਾ ਪਿਆਰ ਦਿਓ